89 ਵਿੱਚ ਗਿਆ ਸੀ ਜੀ। ਉਦੋਂ ਸੰਘ ਵੱਲੋਂ ਔਰ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਸਾਰੀ ਮੂਵਮੈਂਟ ਚੱਲਦੀ ਪਈ ਸੀ ਤੇ 89 ਦੇ ਵਿੱਚ ਅਸੀਂ ਜੱਥਾ ਲੈ ਕੇ ਗਏ ਸਾਂ, ਜਿਹਦੇ ਸਰਦਾਰ ਬੀਰ ਬਹਾਦਰ ਸਿੰਘ, ਮੈਂ, ਹਰਸ਼ਰਨ ਸਿੰਘ ਬੱਲੀ, ਅੰਸ਼ਵੀਰ ਸਿੰਘ ਨਿਡਰ ਕਾਨਪੁਰ ਤੋਂ, ਵਿੱਕੀ ਉਹ ਵੀ ਕਾਨਪੁਰ ਤੋਂ ਸੀਗੇ, ਔਰ ਆਪਣਾ ਉੱਤਰਾਖੰਡ ਤੋਂ ਸਰਦਾਰ ਜਸਵੰਤ ਸਿੰਘ ਔਰ ਹੋਰ ਬੜੇ ਵੱਡੇ ਗਜਿੰਦਰ ਸਿੰਘ ਵਗੈਰਾ ਸਾਰੇ ਸਭ ਲੋਕ ਉੱਥੇ ਅਸੀਂ ਕਾਰ ਸੇਵਾ ਕਰਨ। ਲਗਭਗ 429 ਸਿੱਖ ਸਾਡੇ ਨਾਲ ਸਨ। 89 ਵਿੱਚ ਜਦੋਂ ਗੋਲੀ ਕਾਂਡ ਹੋਇਆ, ਜਦੋਂ ਸਰਯੂ ਨਦੀ ਦੇ ਪੁੱਲ 'ਤੇ, ਮੈਂ ਉਸੇ ਪੁੱਲ ਦੇ ਉੱਤੇ ਸੀਗਾ, ਮੇਰੇ ਨਾਲ ਹੀ ਕੋਈ ਬੁਰਾੜੀ ਦੇ ਆਪਣੇ ਲੋਕ ਸਨ ਇੱਥੋਂ ਦੇ, ਦਿੱਲੀ ਦੇ, ਉਹਨੂੰ ਵੀ ਪੈਰ ਵਿੱਚ ਗੋਲੀ ਲੱਗੀ ਤੇ ਉਹਨੇ ਕਿਹਾ ਪਤਾ ਨੀ ਕਿਆ ਹੋਇਆ ਮੇਰੇ ਪੈਰ ਮੈਂ ਦੇਖਣਾ, ਤੇ ਅਸੀਂ ਦੇਖਿਆ ਉਹਦੇ ਪੈਰ ਵਿੱਚ ਖੂਨ ਆ ਰਿਹਾ ਸੀ, ਗੋਲੀ ਲੱਗ ਗਈ ਸੀ। ਉਦੋਂ ਫਿਰ ਭਗਦੜ ਮੱਚੀ, ਲੋਕਾਂ ਨੇ ਸਰਯੂ ਨਦੀ ਛਲਾਂਗਾਂ ਵੀ ਮਾਰੀਆਂ, ਔਰ ਬਾਕੀ ਅਸੀਂ ਫਿਰ 9 ਦਿਨ ਗੋਂਡਾ ਜੇਲ੍ਹ ਵਿੱਚ ਵੀ ਗ੍ਰਿਫਤਾਰ ਹੋ ਕੇ ਉੱਥੇ ਰਹੇ। ਮੈਂ ਮਹਾਰਾਸ਼ਟਰ ਕੇ ਮਰਾਠਵਾੜਾ ਰੀਜਨ ਸੇ, ਇੱਕ ਪਰਭਣੀ ਨਾਮ ਕਾ ਜ਼ਿਲ੍ਹਾ ਹੈ, ਵਹਾਂ ਸੇ ਆਤਾ ਹੂੰ। ਮੈਂ ਬਚਪਨ ਸੇ ਹੀ ਇੱਕ ਐਸੇ ਧਾਰਮਿਕ ਵਾਤਾਵਰਣ ਮੇਂ ਪਲਾ ਬੜਾ। ਮੈਂ RSS ਕਾ ਇੱਕ ਸਵਯਮ ਸੇਵਕ ਰਹਾ ਹੂੰ, ਸਿਰਫ ਸਵਯਮ ਸੇਵਕ ਨਹੀਂ ਹੂੰ, ਮੈਨੇ ਸੰਘ ਕੇ ਅਗਰ ਪਰਿਭਾਸ਼ਾ ਮੇਂ ਕਹਾ ਜਾਏ ਤੋ ਦਵਿਤੀਯ ਵਰਸ਼ ਸ਼ਿਕਸ਼ਿਤ ਹੂੰ। ਅਸੀਂ ਮਨੀਰਾਮ ਛਾਵਣੀ ਚ ਪਹਿਲੇ ਇੱਕ ਰਾਤ ਪਹਿਲੇ ਪਹੁੰਚ ਗਏ ਸਾਂ ਤੇ ਮਨੀਰਾਮ ਛਾਵਣੀ ਸਾਨੂੰ ਉੱਥੇ ਸਰਾਂ ਦੇ ਵਿੱਚ ਉਹਨਾਂ ਨੇ ਕਮਰੇ ਦਿੱਤੇ ਸੀਗੇ। ਕਮਰੇ ਕੀ ਹਾਲ ਸਨ, ਅਸੀਂ ਉਸ ਪੈ ਗਏ ਆਪਣਾ ਰਾਤੀ ਤੇ ਸਵੇਰੇ ਕਰੀਬ 6 ਵਜੇ ਨਾਲ ਅਸੀਂ ਉੱਥੋਂ ਨਿਕਲੇ ਹਾਂ, 6 ਵਜੇ ਤੋਂ ਪਹਿਲੇ ਹੀ। ਤੇ ਉਦੋਂ ਮੈਨੂੰ ਯਾਦ ਹੈ ਕਿ ਰਾਮ ਚੰਦਰ ਦਾਸ ਜੀ ਹੁੰਦੇ ਸਨ, ਮਹੰਤ ਰਾਮ ਚੰਦਰ ਦਾਸ ਜੀ ਜਿਹੜੇ ਉੱਥੋਂ ਦੇ ਮੁਖੀ ਸਨ। ਮੈਨੂੰ ਯਾਦ ਹੈ ਕਿ ਉਹ ਸੰਤਾਂ ਦੇ ਨਾਲ ਸਾਨੂੰ ਸਾਡੀ ਅਗਵਾਨੀ ਕਰਨ ਆਏ, ਸਾਨੂੰ ਰਿਸੀਵ ਕਰਨ ਆਏ ਤੇ ਉਹਨਾਂ ਨੇ ਗਲੇ 'ਚ ਢੋਲਕੀ ਪਾ ਕੇ ਕਿਹਾ ਅਬ ਗੁਰੂ ਕੇ ਸਿੱਖ ਆ ਗਏ ਹੈ ਔਰ ਇਹ ਮੰਦਿਰ ਬਣ ਜਾਏਗਾ। ਇਹ ਬੜੀ ਵੱਡੀ ਸਾਡੇ ਵਾਸਤੇ ਕੰਪਲੀਮੈਂਟ ਸੀਗਾ ਔਰ ਗੁਰੂਆਂ ਦੇ ਪ੍ਰਤੀ ਉਹਨਾਂ ਨੇ ਸ਼ਰਧਾ ਦਿਖਾਈ, ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਰੇ ਲਗਾਏ ਔਰ ਬੋਲੇ ਸੋ ਨਿਹਾਲ ਔਰ ਸਤਿ ਸ੍ਰੀ ਅਕਾਲ ਦੇ ਅਸੀਂ ਨਾਰੇ ਲਗਾਏ। ਜਦੋਂ 89 ਵਿੱਚ ਗਏ ਸਾਂ ਤੇ ਸਿੰਬੋਲਿਕ ਕਾਰ ਸੇਵਾ ਉਦੋਂ ਹੋਈ ਸੀ ਪਹਿਲੀ ਵਾਰੀ, ਉਦੋਂ ਪਹਿਲੀ ਖਿੜਕੀ ਉਦੋਂ ਲੋਕਾਂ ਨੇ ਉਦੋਂ ਸਾਡੇ ਨਾਲ ਹੀ ਤੋੜ ਦਿੱਤੀ। 429 ਦੇ 29 ਸਿੱਖ ਪੂਰੇ ਖੜਗਧਾਰੀ, ਕਿਰਪਾਨਧਾਰੀ ਔਰ ਗੁਰੂ ਕੇ ਸਿੱਖ ਅੰਮ੍ਰਿਤਧਾਰੀ ਸਾਰੇ ਉੱਥੇ ਪਹੁੰਚੇ। ਮੰਦਰ ਹੈ ਸੀ, ਇੱਕ ਪਾਸੇ ਤੇ ਸਟੇਜ ਲੱਗੀ ਸੀ ਥੋੜੀ ਦੂਰ ਹਟ ਕੇ ਜੀ, ਤੇ ਉੱਥੋਂ ਅਨਾਊਂਸਮੈਂਟ ਹੋ ਰਹੀ ਸੀ, ਕੁਛ ਉਮਾ ਭਾਰਤੀ ਔਰ ਅਡਵਾਨੀ ਜੀ ਔਰ ਇਹ ਸਾਰੇ ਸਭ ਲੋਕ ਸੀਗੇ ਤੇ ਇਹ ਕਹਿ ਰਹੇ ਸਨ ਬਈ ਇਹ ਤੋੜਨਾ ਨਹੀਂ ਹੈ, ਅੰਦਰ ਮਤ ਜਾਣਾ, ਮਤਲਬ ਜੋ ਵੀ ਉਹ ਪੋਲੀਟੀਕਲ ਆਪਣੀ ਭਾਸ਼ਾ ਇਸਤੇਮਾਲ ਕਰ ਰਹੇ ਸਨ। ਪਰ ਰਸ਼ ਇੰਨਾ ਸੀ ਕਿ ਉਹ ਬੇਕਾਬੂ ਸੀਗਾ, ਮੌਬ ਸੀ, ਮੌਬ ਜਿਹਨੂੰ ਕਹਿੰਦੇ ਆ। ਤੇ ਮੈਂ ਉਹ ਮੌਬ ਦਾ ਮੰਜ਼ਰ 84 ਚ ਵੀ ਦੇਖਿਆ ਸੀ ਤੇ ਮੈਂ 92 ਚ ਵੀ ਦੇਖਿਆ ਕਿ ਮੌਬ ਦੇ ਅੰਡਰ ਫਿਰ ਕੋਈ ਚੀਜ਼ ਕਿਸੇ ਦੇ ਕਾਬੂ ਨਹੀਂ ਹੁੰਦੀ। ਉਹ ਉੱਤੇ ਚੜੇ ਤੇ ਉਹਨਾਂ ਨੇ ਸਾਰਾ ਉੱਥੇ ਤਹਿਸ ਨਹਿਸ ਕਰਤਾ ਸਾਰਾ ਮਾਮਲਾ। ਮੁਝੇ ਯਾਦ ਹੈ ਅੱਜ ਵੀ ਕਿ ਵਹਾਂ ਪਰ ਲਾਲ ਕ੍ਰਿਸ਼ਨ ਅਡਵਾਨੀ ਜੀ ਥੇ, ਮੁਰਲੀ ਮਨੋਹਰ ਜੋਸ਼ੀ ਥੇ, ਅਸ਼ੋਕ ਸਿੰਘਲ ਜੀ ਥੇ ਜੋ ਵਿਸ਼ਵ ਹਿੰਦੂ ਪਰਿਸ਼ਦ ਕੇ ਥੇ, ਵਿਨਾਇਕ ਕਟਿਆਰ ਜੀ ਥੇ ਵਗੈਰਾ ਵਗੈਰਾ। ਔਰ ਉਨ ਸਾਰੇ ਭਾਸ਼ਣੋਂ ਸੇ ਇਸ ਤਰ੍ਹਾਂ ਕੀ ਬਿਆਨਬਾਜ਼ੀ ਹੋ ਰਹੀ ਥੀ ਕਿ ਦੇਖੋ ਹਮਾਰੇ ਹਿੰਦੂਓ ਪਰ ਆਜ ਤੱਕ ਕਿਤਨੇ ਅਨਿਆਯ ਹੋਤੇ ਰਹੇ ਹੈ, ਯਹਾਂ ਕੀ ਜੋ ਰਾਮ ਜਨਮ ਭੂਮੀ ਹੈ ਯੇ ਗਿਰਾ ਕਰਕੇ, ਯਹਾਂ ਕਾ ਮੰਦਿਰ ਗਿਰਾ ਕਰਕੇ ਯਹਾਂ ਪਰ ਮਸਜਿਦ ਬਣਵਾਈ ਗਈ ਹੈ, ਔਰ ਇਹ ਸਿਰਫ ਯਹਾਂ ਨਹੀਂ, ਐਸੇ ਕਾਸ਼ੀ ਮੇਂ ਵੀ ਹੁਆ ਹੈ, ਐਸੇ ਮਥੁਰਾ ਮੇਂ ਵੀ ਹੁਆ ਹੈ, ਔਰ ਨਾ ਜਾਣੇ ਭਾਰਤ ਮੇਂ ਐਸੇ ਕਿਤਨੀ ਜਗ੍ਹਾ ਹੋਗੀ ਜਹਾਂ ਪਰ ਇਸ ਤਰ੍ਹਾਂ ਕੀ ਅਤਿਆਚਾਰ ਜ਼ੁਲਮ ਮੁਸਲਮਾਨੋਂ ਨੇ ਕੀਏ ਹੈ ਔਰ ਹਿੰਦੂ ਇਹ ਸਹਿਤਾ ਆ ਰਹਾ ਹੈ। ਤੋ ਵੋ ਸਭ ਜਬ ਭਾਸ਼ਣ ਚੱਲ ਰਹੇ ਥੇ ਤੋ ਭਾਸ਼ਣੋਂ ਕੇ ਦੌਰਾਨ ਕਭੀ ਲੋਗੋ ਕੇ ਬੀਚ ਸੇ, ਕਭੀ ਸਟੇਜ ਸੇ, ਲੇਕਿਨ ਐਸੇ ਨਾਰੇ ਲਗਵਾਏ ਜਾ ਰਹੇ ਥੇ
कि तेल लगाओ डाबर का, नाम मिटाओ बाबर का, या फिर एक धक्का और दो बाबरी मस्जिद तोड़ दो, इस तरह के नारे भी लगवाए जा रहे थे। और 12 बजे के आसपास, मैं उस दिन की घटना को बयान कर रहा हूँ कि 12 बजे के आसपास, 12:15 से 12 के बीच, तीन जो गुम्बद थे बाबरी मस्जिद के, उसके बीच वाले गुम्बद पर कुछ कार सेवक चढ़ गए और उनके हाथ में भगवा ध्वज वो फहरा रहे थे। तो हम सब लोग उस तरफ जाने लगे, बहुत भीड़ थी, जैसे कि मैंने कहा लाखों लोग वहां पर जमा थे। तो दोपहर 4 बजे के आसपास मैं खुद वहां पर पहुंच पाया, जिसको बाबरी ढांचा कह सकते हैं हम, वहां तक मैं पहुंच पाया। और 4 बजे से 6 बजे तक मैं वहां पर जो भी काम चल रहा था उसमें मैं भी शामिल हुआ हूँ। तो आज जब मैं उन सबको याद करता हूँ तो मैं ये डेफिनेटली कह सकता हूँ कि जिस तरह से ये कहा जाता है बाबरी मस्जिद गिराना, ये एक उत्स्फूर्त प्रतिक्रिया थी, एक्सटेम्पोर एक एक्ट था, वैसा मैं बिल्कुल नहीं मानता हूँ। ये बहुत ही सिस्टमेटिकली सोचा समझा हुआ कृत्य हुआ होगा। ना 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 जी ना, अफसोस करदा, अफसोस किस गल का। बाबर ने उते जबरिया हिंदू धर्म का सब तो वड्डा स्थान तोड़ के और उते मस्जिद निर्माण किया या उन्हें कन्वर्ट किया, तो अगर उस ढांचे नूं अगर तोड़ दिता गया तो इन्हां का अफसोस है किस गल का, किस गल का अफसोस है। देखो यह तो 70 साल पहले हो जाना चाहिए सीगा, ਜਦੋਂ ਹਿੰਦੁਸਤਾਨ ਦੇ ਵਿੱਚ ਸੋਮਨਾਥ ਮੰਦਰ ਬਣਿਆ, ਬਾਕੀ ਮੰਦਰ ਬਣੇ, ਜਾਂ ਜਿਹੜੀਆਂ ਪੁਰਾਣੀਆਂ ਗੰਦੀਆਂ ਨਿਸ਼ਾਨੀਆਂ ਸਾਡੇ ਉੱਤੇ ਕਲੰਕਿਤ ਨਿਸ਼ਾਨੀਆਂ ਸੀਗੀਆਂ ਖਤਮ ਹੋਈਆਂ, ਤੇ ਇਹਨੂੰ ਵੀ ਨਾਲ ਨਾਲ ਹੀ ਖਤਮ ਕਰ ਦੇਣਾ ਚਾਹੀਦਾ ਸੀ। ਮੈਂ ਸੁਣ ਬਹੁਤ ਅਫਸੋਸ ਹੈ। ਇੱਕ ਤੋਂ ਇਹ ਕਿ ਜਬ ਮੈਂ ਅਯੋਧਿਆ ਸੇ ਦੂਸਰੇ ਦਿਨ 7 ਦਸੰਬਰ ਕੋ ਨਿਕਲਾ ਔਰ ਟ੍ਰੇਨ ਸੇ ਜਬ ਹਮ ਆ ਰਹੇ ਥੇ ਤੋ ਖਬਰੇ ਇਹ ਆ ਰਹੀ ਥੀ ਕਿ ਕਈ ਜਗ੍ਹਾ ਪੂਰੇ ਭਾਰਤ ਭਰ ਮੇਂ ਦੰਗੇ ਭੜਕੇ ਹੋਏ ਹੈ, ਕਈ ਜਗ੍ਹਾ ਪਰ ਐਸਾ ਹੁਆ ਹੈ ਹਿੰਦੂ ਮੁਸਲਮਾਨ ਦੰਗੇ ਭੜਕੇ ਹੋਏ ਹੈ, कर्फ्यू जैसा लगा है, तनाव का माहौल था। मेरे कुछ दोस्त थे, मेरे कुछ पड़ोसी थे जो मुसलमान थे और सालों से रिश्ता रहा है, मतलब हमारे घर अगर कुछ त्योहार होता तो हमसे कुछ मिठाइयाँ उनके घर जाती थी, उनके यहाँ त्योहार होता था तो वहां से भी हमें कुछ आता था, तो एक अच्छा माहौल हुआ करता था। लेकिन ये घटना के बाद पूरे देश भर में, उस शहर में भी जहां पर मैं रहता था परभणी में भी, बहुत तनाव का माहौल इस तरह से बन गया कि लोग अपने जानने वालों को भी शक की नजर से देखने लगे। ऐसा है कि जरी राष्ट्रीय स्वयं सेवक संघ की विचारधारा है, असी इतने शुरू तो ही समर्थक रहे हैं, क्योंकि राष्ट्रीय विचारधारा है, देश की विचारधारा है। जिस तरह से आरएसएस के आइडियोलॉजी में बताया जाता है कि मुसलमानों ने देश का नुकसान किया या मुसलमानों ने हिंदुओं पर अत्याचार किए, मैं तो बल्कि ये मानता हूँ हाँ मुसलमानों ने कुछ अत्याचार जरूर किए हैं, वो शासक भी रहे कई समय तक, ये हमने देखा है। लेकिन हिंदू धर्म की व्यवस्था में अपने आप में ऐसी कुछ सिस्टम है जो अपने ही लोगों पर अत्याचार करती है, जिसे हम जाति व्यवस्था कहते हैं, जहां पर इतना जाति के नाम पर, धर्म के नाम पर शोषण होता रहा है, वो धर्म कैसे विश्व का मार्गदर्शक हो सकता है। यहाँ की संत परंपरा की जो उदारता ये है, चाहे वो कबीर हो, चाहे वो ज्ञानेश्वर या तुकाराम हो, चाहे और कोई अलग अलग प्रांतों के जो संत है, उनकी जो उदार मतवादी परंपरा है, सहिष्णु परंपरा है, वो हम बहुत पीछे छोड़ चुके हैं। और हिंदुत्ववादी लोगों ने ही इन परंपराओं को इन अ वे मैं मानता हूं कि बदनाम किया है।
ਦਿਲ ਦੇ ਵਿੱਚ ਜਿੰਨੀ ਵੱਡੀ ਖੁਸ਼ੀ ਸੀ ਮੇਰਾ ਖਿਆਲ ਹੈ ਓਨਾ ਹੀ ਜ਼ਿਆਦਾ ਅਫਸੋਸ ਸੀਗਾ ਕਿ ਸਾਡੇ ਵਰਗਿਆਂ ਨੂੰ, ਨਿਮਾਣਿਆਂ ਨੂੰ, ਜਿਨ੍ਹਾਂ ਨੇ ਅਸੀਂ ਆਪਣਾ ਸਮੇਂ ਦਿੱਤਾ, ਆਪਣੀ ਇੱਕ ਵਲਵਲੇ ਦਿੱਤੇ, ਅਸੀਂ ਜੇਲ੍ਹਾਂ ਵੀ ਕੱਟੀਆਂ ਰਾਮ ਮੰਦਿਰ ਵਾਸਤੇ, ਵਾਹਿਦ ਅਸੀਂ ਲੋਕ ਸਾਂ ਕਿ ਜਿਨ੍ਹਾਂ ਨੂੰ ਪੂਰੀ ਗੱਡੀ ਬੱਸਾਂ ਭਰ ਕੇ ਉਹਨਾਂ ਨੇ ਗੋਂਡਾ ਜੇਲ੍ਹ ਹੀ ਛੱਡਿਆ। ਕਮ ਸੇ ਕਮ ਕੁਛ ਲੋਕਾਂ 'ਤੇ ਬੁਲਾਉਂਦੇ, ਸਾਡੇ ਵਰਗੇ ਲੋਕਾਂ ਨੂੰ ਬੁਲਾਉਣਾ ਚਾਹੀਦਾ ਸੀਗਾ। ਬਸ ਸਾਨੂੰ ਇਸ ਗੱਲ ਦੀ ਸ਼ਿਕਾਇਤ ਉਮਰ ਭਰ ਰਹੇਗੀ ਕਿਉਂਕਿ ਉਹ ਮੌਕਾ ਨਿਕਲ ਗਿਆ। ਹਮਾਰੇ ਮਾਨਨੀਯ ਪ੍ਰਧਾਨ ਮੰਤਰੀ 5 ਅਗਸਤ ਕੋ ਅਯੋਧਿਆ ਮੇਂ ਜਾ ਕਰਕੇ ਰਾਮ ਜਨਮ ਭੂਮੀ ਕਾ ਸ਼ਿਲਾਨਿਆਸ ਕਰਤੇ ਹੈ, ਤੋ ਮੈਂ ਯੇ ਜ਼ਰੂਰ ਚਾਹੂੰਗਾ ਕਿ ਹਮ ਸੱਚਮੁੱਚ ਧਰਮ ਨਿਰਪੇਕਸ਼ਤਾ ਮੇਂ ਵਿਸ਼ਵਾਸ ਰੱਖਤੇ ਹੈ, ਤੋ ਹਮਾਰਾ ਪ੍ਰਧਾਨ ਮੰਤਰੀ ਉਸੀ ਨਿਆਯਾਲਯ ਕੇ ਨਿਰਣੇ ਸੇ ਜੋ ਬਾਬਰੀ ਮਸਜਿਦ ਕੇ ਲਈ ਜਗ੍ਹਾ ਦੀ ਗਈ ਹੈ ਉਸਕਾ ਸ਼ਿਲਾਨਿਆਸ ਵੀ ਕਰੇ। ਵਕਤ ਉਹੋ ਜਿਹਾ ਕਦੀ ਨਹੀਂ ਆਉਂਦਾ, ਜੋ ਕਿਛ ਪਾਇਆ ਸੋ ਏਕਾ ਵਾਰ, ਜੋ ਇੱਕ ਵਾਰੀ ਘਟਨਾ ਹੋ ਗਈ ਉਹ ਦੁਬਾਰਾ ਹਮੇਸ਼ਾ ਕਦੀ ਵੀ ਨਹੀਂ ਵਰਤਦੀ। ਅਤੇ ਰਾਮ ਮੰਦਿਰ ਜਿਹੜਾ ਸੀਗਾ ਉਹ ਹੁਣ ਭਵੇ ਬਣ ਰਿਹਾ, ਸਾਨੂੰ ਖੁਸ਼ੀ ਹੈ। ਅਤੇ 6 ਦਸੰਬਰ ਮੈਂ ਕਹਿੰਦਾ ਮਹਾਰਾਜ ਅੱਗੇ ਅਸੀਂ ਅਰਦਾਸ ਕਰਨੇ ਹਾਂ ਕਿ ਇਹੋ ਜਿਹੀਆਂ ਗੌਰਮੈਂਟਾਂ ਨਾ ਆਉਣ ਜਿਹੜੀਆਂ ਬਾਬਰ ਔਰ ਜਾਬਰ ਨੂੰ ਔਰ ਔਰੰਗਜ਼ੇਬ ਰੋਡ ਔਰ ਫਲਾਣੇ ਰੋਡ, ਔਰ ਅਸੀਂ ਇਹੀ ਕੰਮ ਕਰਨੇ ਨੇ ਅਤੇ ਫਿਰ ਮੁਗਲੀਆ ਸਲਤਨਤ ਹੀ ਠੀਕ ਸੀ ਜਾਂ ਅੰਗਰੇਜ਼ ਹੀ ਠੀਕ ਸਨ ਅਤੇ ਆਪਣੀ ਸਰਕਾਰਾਂ ਦਾ ਕੀ ਫਾਇਦਾ। ਜੇ ਅੱਜ ਆਪਣੀ ਸਰਕਾਰ ਆਈ ਹੈ, ਆਪਣੀਆਂ ਰੋਡਾਂ ਨੇ, ਆਪਣਾ ਧਰਮ ਹੈ, ਆਪਣੇ ਅਸੀਂ ਵਿਚਾਰਧਾਰਾ ਨਾਲ ਖੁੱਲ੍ਹੀ ਆਜ਼ਾਦੀ ਨਾਲ ਮਾਣ ਰਹੇ ਹਾਂ ਇਸ ਲੋਕਤੰਤਰ ਨੂੰ, ਇਸ ਪ੍ਰਜਾਤੰਤਰ ਨੂੰ, ਇਸ ਦੇਸ਼ ਦੀ ਮਿੱਟੀ ਨੂੰ, ਅਤੇ ਅਸੀਂ ਉਹ ਨਹੀਂ ਚਾਹਵਾਂਗੇ ਕਿ ਉਹੋ ਜਿਹਾ ਦੌਰ ਕਦੀ ਆਵੇ। ਮੈਂ ਵਹਾਂ ਪਰ ਜਾਊਂਗਾ ਨਹੀਂ, ਇੱਕ। ਔਰ ਨੰਬਰ 2, ਮੈਂ ਦੂਸਰੀ ਬਤਾ ਰਹਾ ਹੂੰ, ਨੰਬਰ 2, ਅਗਰ ਮੈਂ ਜਾਊਂਗਾ ਤੋ ਮੈਂ ਉਸ ਭੀੜ ਮੇਂ ਵੀ ਇਹ ਕਹੂੰਗਾ ਕਿ ਇਹ ਜੋ ਆਪ ਕਰ ਰਹੇ ਹੋ ਵੋ ਗਲਤ ਹੈ।